ਕੱਲੇ ਕੱਲੇ ਠੰਡਾ ਪੀਏ ਨੇ, ਗਰੀਬ ਬੰਦੇ ਨੂੰ ਵੀ ਠੰਡਾ ਦੇ ਦੋ। ਧਰਮਿੰਦਰ ਦੇ ਚਾਚਾ ਜੀ, ਪ੍ਰੀ ਵੈਡਿੰਗ ਤਿਆਰ ਹੁੰਦੀ ਹੋਈ ਭਾਬੀ ਚੁੰਮੇ ਵਾਲੀ ਦੀ। ਚਲੋ ਹਾਲੋ ਸੋਨੇ ਗਿੱਜੂਗੀ ਮੈਂ। ਬਾਬੇ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਹਿਲਾਂ ਸਵਾਗਤ ਹੈ ਨਵੀਂ ਵੀਡੀਓ 'ਚ, ਨਵੇਂ ਵਲੌਗ 'ਚ। ਆਪਾਂ ਦੇਖੋ ਕਿੱਥੇ ਪਹੁੰਚ ਗਏ ਮਿੱਤਰੋ, ਆਪਾਂ ਪਹੁੰਚ ਗਏ ਮਿੱਤਰੋ ਕਿੱਥੇ, ਉਹ ਉੱਥੇ ਆ ਗਏ ਜਿੱਥੇ ਆ ਗਏ ਮਿੱਤਰੋ ਸਕੂਨ ਮਿਲਦਾ ਹੈ। ਸੋ ਮਿੱਤਰੋ ਸਟੂਡੀਓ ਪਵਨ ਹੰਸ ਬਾਈ ਦੇ ਸਟੂਡੀਓ ਪਹੁੰਚੇ ਹਾਂ। ਸੋ ਇੱਕ ਹੋਰ ਸਰਪ੍ਰਾਈਜ਼ ਹੈ ਤੁਹਾਡੇ ਲਈ, ਭਾਬੀ ਚੁੰਮੇ ਵਾਲੀ ਪਹੁੰਚ ਰਹੇ ਹਾਂ ਇੱਥੇ। ਸੋ ਜ਼ਰੂਰ ਕਮੈਂਟ ਜ਼ਰੂਰੀ ਹੈ, ਇੱਕ ਕਮੈਂਟ ਤਾਂ ਬਣਦਾ ਯਾਰ। ਜੇ ਤੁਸੀਂ ਵੀਡੀਓ ਦੇਖ ਲਈ ਆਈ ਗਏ ਹੋ ਵੀਡੀਓ 'ਚ, ਫਿਰ ਕਮੈਂਟ ਤਾਂ ਕਰਿਆ ਕਰੋ। ਨਹੀਂ ਬਾਈ ਜੀ, ਤੂੰ ਬਹੁਤ ਸੋਹਣਾ ਬੋਲਦਾ, ਇੱਕ ਵਾਰੀ ਦੁਬਾਰਾ ਬੋਲ ਦੇ। ਇਹ ਜਿਹੜੀ ਭਾਸ਼ਾ ਤੁਸੀਂ ਬੋਲਦੇ ਹੋ ਨਾ, ਇਹ ਇੱਥੇ ਨਹੀਂ ਚੱਲਣੀ। ਤੁਹਾਨੂੰ ਮੈਂ ਦੱਸਾਂ, ਫਿਰ ਨਾ ਕਿਉਂ ਤੁਹਾਡੀ ਹੋਣੀ ਕਟਾਈ ਉਰੀ ਵੱਢਣਾ। ਬੰਦੇ ਮੇਰੇ ਨਾਲ ਆਦੇ ਲੈ ਦੋ ਹੈਗੇ, ਇੱਧਰ ਬਾਈ ਜੀ ਵੀ ਖੜ੍ਹੇ ਨੇ, ਇੱਧਰ ਵੀ। ਭਾਵੇਂ ਬੰਦੇ ਦਾ ਡੋਲਿਆਂ 'ਤੇ ਨਾ ਜਾਇਓ, ਇਹ ਜਦੋਂ ਖੱਲ ਦਾ, ਇਹ ਜਦੋਂ ਖੱਲ ਉਦਣ ਲੜਾਈ ਪੈ ਗਈ ਸਾਡੀ ਪਿੰਡ, ਆਪਾਂ ਤਾਂ ਕੜਾ ਖੁੱਲ ਕੇ ਮਾਰਾਂ ਸਿਰ 'ਚ ਕਹਿੰਦਾ। ਪਵਨ ਭਾਅ ਜੀ ਉਹ ਬੈਨਿਟੀ ਖੜੀ ਹੈ, ਉਹਨੂੰ ਭਾਅ ਜੀ ਨੂੰ ਕਹਿਣਾ ਸੀ ਵੀ ਚੇਂਜਿੰਗ ਰੂਮ ਉਹ ਉੱਧਰ ਹੈ, ਬੈਨਿਟੀ ਰੂਮ ਦੇਖਿਓ ਤੁਸੀਂ। ਉਹ ਬਣਨਾ ਉਹਨਾਂ ਨੇ, ਕੀ ਕਹਿੰਦੇ ਨੇ ਉਹ, ਜਾਉਣਾ ਮੋੜ ਬਣਨਾ, ਜਾਉਣਾ ਮੋੜ। ਅਜੇ ਅੱਜ ਜਿਉਣਾ ਮੋੜ ਲੱਗ ਰਿਹਾ ਤੁਸੀਂ? ਹਾਂਜੀ ਹਾਂਜੀ, ਮੈਂ ਮਾਤਾ ਨੈਣਾ ਦੇਵੀ ਦਾ ਭਗਤ ਹਾਂ, ਸਾਡੀ ਕੁਲ ਦੇਵੀ ਮਾਤਾ ਨੈਣਾ ਦੇਵੀ ਆ। ਔਰ ਭਾਅ ਜੀ ਕਹਿੰਦੇ ਜਿਉਣਾ ਮੋੜ ਲੱਗਦਾ, ਠੀਕ ਹੈ ਨਾ। ਔਰ ਅੱਗੇ ਸਾਡੀ ਆਉਣ ਵਾਲੀ ਫਿਲਮ ਜਿਹੜੀ ਆ ਉਹ ਜੱਟ ਜਿਉਣਾ ਮੋੜੀ ਆ, ਠੀਕ ਆ ਨਾ। ਇੱਕ ਤਾਂ ਬਣਾਵਾਂਗੇ ਆਪਾਂ ਸ਼ਾਰਟ ਮੂਵੀ, ਦੂਜੀ ਆਪਾਂ ਬਣਾਵਾਂਗੇ ਜਿਹੜੀ ਥੀਏਟਰ ਦੇ ਵਿੱਚ ਲੱਗੀ, ਸਿਨੇਮਾ ਹਾਲ 'ਚ ਲੱਗੀ, ਠੀਕ ਆ ਨਾ। ਔਰ ਬੱਲੇ ਬੱਲੇ ਆ ਵੀਜੇ ਦੋ ਦੋ ਲਾ ਦੇਣ, ਇੰਨੇ ਪੈਸੇ ਤਾਂ ਮੇਰੇ ਕੋਲ ਹੈ ਨਹੀਂ, ਠੀਕ ਹੈ। ਇੱਧਰ ਭਾਬੀ ਜੀ ਸਾਡੇ, ਭਾਬੀ ਸਤਿ ਸ਼੍ਰੀ ਅਕਾਲ, ਪੈਰੀ ਪੈਂਦੇ ਆ ਭਾਬੀ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿਓ ਭਾਬੀ ਜੀ, ਸਾਡੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬੱਲੇ ਬੱਲੇ ਕਰਾ ਦਿੰਦੇ ਆ ਚੈਨਲ ਸਬਸਕ੍ਰਾਈਬ ਕਰਕੇ ਰੱਖੋ। ਨੀਟੂ ਕਹਿੰਦਾ 1 ਲੱਖ ਗਾਣਾ ਲਿਖਦਾ ਇੱਧਰ ਸਾਡੇ ਚੰਨੀ ਸਾਹਿਬ ਭਾਜੀ, ਘੱਟ ਤੋਂ ਘੱਟ ਮਹੀਨੇ ਦੇ ਵਿੱਚ ਨਹੀਂ ਜ਼ਿਆਦਾ 10,000 ਗਾਣਾ ਲਿਖੀ ਦਿੰਦੇ ਆ, ਹੈ ਨਾ ਭਾਈ। ਘੱਟ ਗਏ ਇਹਦੇ ਵੱਧ ਜੇ ਉਹ ਕਰਨ ਵਾਲੀ ਗੀਤਾਂ ਦੀ ਮਸ਼ੀਨ ਹੈ ਤੇ ਨੀਟੂ ਛੱਟਣ ਵਾਲਾ ਕੀ ਹੈ ਗੀਤਾਂ ਦਾ ਮਾਸਟਰ, ਹਾਂ ਮਸ਼ੀਨ ਤਾਂ ਤੂੰ ਹਾਂ ਗੀਤਾਂ ਦੀ। ਨਹੀਂ ਨਹੀਂ ਮੈਂ ਕਿਤੇ ਮਸ਼ੀਨ ਭਾਜੀ, ਮੈਂ ਤਾਂ ਲਿਖੇ ਹੋਏ ਗਾਣਾ, ਮੈਂ ਤਾਂ ਤੁਹਾਨੂੰ ਕਹਿ ਰਿਹਾ ਮੈਨੂੰ ਲਿਖ ਕੇ ਦਿਓ ਗਾਣਾ। ਭਾਜੀ ਗਾਣੇ ਬਹੁਤ ਵਧੀਆ ਲਿਖਦੇ ਨੇ। ਹਾਂਜੀ ਹਾਂਜੀ, ਮੈਂ ਨਾ ਕਹਿੰਦੇ ਮਤਲਬ ਗਾਣੇ ਜਿਹੜੇ ਲਿਖਣ ਲੱਗੇ ਭਾਜੀ ਨੂੰ ਮੈਸੇਜ ਕਰ ਲਿਓ, ਜੇ ਕਿਸੇ ਨੂੰ ਗਾਣਾ ਚਾਹੀਦਾ ਦੇ ਦੇਣਗੇ। ਉਹ ਅਮਾਊਂਟ ਆਪਣੀ ਦੱਸ ਦਿਓ ਕਿੰਨੀ ਲਓਗੇ ਇੱਕ ਗਾਣੇ ਦੀ? ਇੱਕ ਗਾਣੇ ਦੀ ਔਰ ਜੇ ਚੰਨੀ ਕਹੂਗਾ 10,000 10,000 ਲਊਗਾ, ਜੇ ਚੰਨੀ ਕਹੂਗਾ ਫ੍ਰੀ ਹੈ ਤਾਂ ਫ੍ਰੀ ਆ, ਠੀਕ ਹੈ ਨਾ। ਇਹ 10,000 ਰੁਪਇਆ ਪਾ ਦਿਓ ਭਾਅ ਜੀ ਨੂੰ, ਫਿਰ ਗਾਣਾ ਲੈ ਲਿਓ, ਠੀਕ ਹੈ ਨਾ। ਗਾਣਾ ਸਾਡਾ ਚੱਲਣ ਵਾਲਾ ਹੋਊਗਾ, ਗਰੰਟੀ ਦੇਖ ਕੇ ਲਿਖ ਕੇ ਦੇਵਾਂਗੇ ਵੀ ਹਾਂ ਗਾਣਾ ਚੱਲੂਗਾ, ਠੀਕ ਹੈ ਨਾ। ਨਹੀਂ ਚੱਲੂਗਾ 10,000 ਦਾ 20,000 ਤੁਹਾਨੂੰ ਮੈਂ ਤੁਹਾਨੂੰ ਵਾਪਸ ਦੇਵਾਂਗੇ 20,000 ਤੋਂ। ਮੰਦਰ ਬਹੁਤ ਸੋਹਣਾ ਬਣਿਆ ਹੋਇਆ। ਅੱਛਾ ਇੱਥੇ ਦੀ ਭਾਅ ਜੀ ਉਹ ਕੀ ਆ? ਨਹੀਂ ਨਹੀਂ ਜਿਵੇਂ ਇੱਕ ਇਤਿਹਾਸ ਹੁੰਦਾ, ਇਤਿਹਾਸਿਕ ਮੰਦਰ ਆ ਇਹ ਵੀ, ਇੱਥੇ ਸ਼ਿਵਲਿੰਗ ਨਿਕਲਿਆ ਸੀ। ਹਾਂ ਸ਼ਿਵਲਿੰਗ ਨਿਕਲਿਆ ਸੀ, ਉੱਥੇ ਹੈਗਾ ਵੀ ਇਤਿਹਾਸਿਕ ਆ ਔਰ ਪੂਰੇ ਵਰਲਡ ਦੇ ਵਿੱਚ ਔਰ ਮੰਦਰ ਦਾ ਹਰ ਇੱਕ ਨੂੰ ਪਤਾ ਵਾ, ਠੀਕ ਹੈ ਨਾ। ਜ਼ਰੂਰ
ਗਰੀਬੀ ਹੈ ਸਾਡਾ ਸਾਥ ਨਹੀਂ ਛੱਡਦੀ ਮਿੱਤਰ, ਆਹ ਦੇਖੋ ਕਿੱਥੇ ਹੈ, ਇਹ ਦੇਖੋ ਇਹ ਪਤਾ ਕਦੋਂ ਬੈਗ ਫੜ ਜੇ ਵਿਚਾਰਾ, ਲਿਮਕਾ ਪੀਏ ਭਾਬੀ ਜੀ ਉਹਨੇ ਇਕੱਲੇ ਇਕੱਲੇ ਠੰਡਾ ਪੀਏ, ਗਰੀਬ ਬੰਦੇ ਨੂੰ ਵੀ ਠੰਡਾ ਦੇ ਦਿਓ, ਚੀਰਦਾ ਜਾਂਦਾ ਠੰਡਾ ਪੀਵਾ। ਇਹ ਸਾਡੇ ਸਰ ਨੇ ਜੀ, ਦੇਖੋ ਇਹਨਾਂ ਦੇ ਕੋਲ ਠੰਡਾ ਪਹੁੰਚ ਰਿਹਾ। ਥੈਂਕ ਯੂ। ਤੂੰ ਤਾਂ ਸੀਰੀਅਸ ਹੀ ਲੈ ਗਿਆ, ਕੀ ਸੋਚਿਆ ਸੀ ਤੈਨੂੰ ਦਊਂਗਾ, ਨਹੀਂ ਇੰਨੀ ਮਿਹਨਤ ਨਹੀਂ ਫੇਰ ਪਤਾ ਕੀ ਕੁੜੀ ਲਿਆਈ, ਸ਼ਿਵ ਸ਼ਕਤੀ ਹੰਸ ਠੰਡਾ ਤੇਰੇ ਲਈ, ਸ਼ੁਕਰ ਕਰ ਜੇ ਤੂੰ ਹੁਣ ਬਚ ਗਿਆ, ਜੇ ਨਾ ਹੋਣਾ ਫਿਰ ਪਤਾ ਕੀ ਹੋਣਾ ਜੀ, ਮੈਨੂੰ ਖੱਲਣ ਤੋਂ ਪਹਿਲਾਂ ਨਾ ਮੇਰੇ ਚੇਲੇ ਮੇਰੇ ਉਸਤਾਦ ਚੇਲੇ ਕੁੱਟਣੇ ਪੈਣੇ ਹੈ ਭਾਅ ਜੀ। ਲਵ ਯੂ। ਇਹ ਬਾਈ ਜੀ ਆਪਣੇ ਇਲੈਕਟ੍ਰੀਕਲ ਭਾਅ ਜੀ, ਲਾਈਟ ਦਾ ਕੰਮ ਭਾਈ ਦਾ, ਲਾਈਟ ਦਾ ਕੰਮ ਹੈ ਕਿੱਥੇ ਵੀਰੇ, ਸ਼ਿਵ ਸ਼ੰਕਰ ਲੈ ਬੋਲੋ, ਇੱਥੇ ਸ਼ਿਵ ਸ਼ੰਕਰ ਲਾਈਟ ਸਮਰਾਲੇ ਤੋਂ, ਸਮਰਾਲੇ ਤੋਂ ਬਾਈ ਲਾਈਟਿੰਗ ਦਾ ਕੰਮ, ਸ਼ੂਟਿੰਗ ਲਾ ਕੇ ਬਾਈ ਨੇ ਜਾਣਾ ਸੀਗਾ ਸਾਡਾ ਇੱਕ ਡੇ ਟੂ ਸਕਸੈਸ, ਉੱਥੇ ਵੀ ਬਾਈ ਦੀ ਲਾਈਟਿੰਗ ਸੀਗੀ। ਸੋ ਬਾਈ ਦਾ ਨੰਬਰ ਬੋਲ ਦਿਓ ਤੁਸੀਂ, ਪਰ ਕਿਹੜਾ ਬੋਲੀਏ, ਬਾਈ ਵਾਲਾ ਬੋਲ ਦਿਓ, ਜਿਹੜਾ ਮਰਜ਼ੀ ਬੋਲ ਦਿਓ, ਵਿਆਹ ਸ਼ਾਦੀਆਂ ਦਾ ਕਿਸੇ ਨੇ ਵੀ ਪ੍ਰੋਗਰਾਮ ਇੱਥੇ ਸਮਰਾਲੇ ਲੁਧਿਆਣੇ ਲਾਗ ਪਾਸ ਸਮਰਾਲੇ 'ਚ ਜਾਗਰਣ ਹੁੰਦੇ ਨੇ, ਜਾਗਰਣ ਹੁੰਦੇ ਨੇ ਮੋਸਟਲੀ, ਬਾਈ ਉਹਨਾਂ ਦਾ ਹੀ ਹੈ ਨਾ ਲਾਈਟਿੰਗ ਦਾ ਕੰਮ ਹੈ, ਸੋ ਬਾਈ ਉਹਨਾਂ ਨੂੰ ਵਿਸ਼ਾਲ ਜਗਰਾਤੇ ਲਾਉਂਦੇ ਆ, ਵਿਸ਼ਾਲ ਜਗਰਾਤੇ। ਸੋ ਨੰਬਰ ਬੋਲ ਦਿਓ ਬਾਈ ਜੀ ਉਹਨੂੰ, ਜਾਂ ਮੈਂ ਇੱਥੇ ਨੰਬਰ ਥੱਲੇ ਲਾ ਦੂੰਗਾ ਨੰਬਰ, ਅਤੇ ਤੁਸੀਂ ਬੋਲ ਦਿਓ ਫਿਰ ਵੀ, ਕਿੰਨਾ ਨੰਬਰ ਹੈ, 80 54 34 04, ਲਾਈਟਿੰਗ ਦਾ ਕੰਮ ਹੈ ਬਾਈ ਜੀ ਦੇ, ਵਿਸ਼ਾਲ ਜਾਗਰਣ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਦੁਬਈ ਵਾਲੇ ਬੰਦੇ ਬਹੁਤ ਆ, ਐਵੇਂ ਪ੍ਰੋਡਕਸ਼ਨ ਤਕੜੀ ਹੈ। ਇੱਧਰ ਆ ਜਾਓ ਵੀਰੇ, ਦੇਖੋ ਪਿੱਛੇ ਇਹ 'ਚ ਵੀ ਸਹੀ ਆ ਰਿਹਾ ਵੈਸੇ, ਵੀਡੀਓ ਚੱਲਦੀ ਕੀ ਕਦੇ, ਐਂ ਤੇ ਮੂੰਹ ਸ਼ਕਲ ਨਹੀਂ ਦਿਖਾਉਣਾ, ਦੇਖਦਾ ਇਹ ਉਹੀ ਬੰਦਾ ਬਾਬਿਓ, ਇਹਦੇ ਬਾਰੇ ਨਾ ਪਿੰਡ 'ਚ ਪੁੱਛ ਲਿਓ, ਇਹੋ ਜਿਹਾ ਕੋਈ ਬੰਦਾ ਨਹੀਂ ਜੀ ਤੋਂ ਇਹਨੇ ਚਟਾਕੇ ਨਹੀਂ ਖਾਏ, ਧਰਮਿੰਦਰ ਦੇ ਚਾਚਾ ਜੀ, ਬੰਬੇ ਵਾਲੇ ਧਰਮਿੰਦਰ ਨਹੀਂ, ਹਾਂ ਉਹਦਾ ਭਤੀਜਾ ਮੈਂ, ਫਿਲਮਾਂ ਨਹੀਂ ਕਰਦੇ, ਮੈਂ ਫਿਲਮਾਂ 'ਚ ਨਹੀਂ, ਫਿਲਮਾਂ 'ਚ ਧਰਮਿੰਦਰ ਬੜੇ ਆ, ਅਸੀਂ ਟਰੱਕਾਂ ਵਾਲੇ ਹਾਂ। ਅੱਛਾ ਠੀਕ ਹੈ, ਨਲਕੇ ਵਾਲਾ ਸੀ, ਨਲਕੇ ਵਾਲਾ ਸੀ ਇਹ। ਹਾਂ ਜੀ ਚਲੋ, ਚੌਥੀ ਦੀਆਂ ਟੀਮਾਂ ਦੇ ਮੁਕਾਬਲੇ ਪਹੁੰਚ ਚੁੱਕਿਆ ਮਿੱਤਰੋ, ਇੱਧਰ ਸਾਡੇ ਬਾਈ ਜੀ ਡਰੇਡ ਪਾਉਣ ਜਾ ਰਹੇ ਨੇ, ਤੁਹਾਡਾ ਨਾਂ ਕੀ ਹੈ ਵੀਰ ਜੀ? ਸਤਨਾਮ, ਸਤਨਾਮ ਕਹਿੰਦੇ ਮਿੱਤਰੋ ਏ ਭਾਈ ਰੇੜੇ, ਉਹ ਉੱਧਰ ਵੀ ਦੋਨੋਂ ਜਾਫੀ ਰੈਡੀ ਨੇ, ਦੋਨਾਂ ਨੇ ਕਹਿੰਦੇ ਦੇਖੋ ਪਸੀਨਾ ਆ ਗਿਆ, ਇਹ ਫੜ ਲਿਆ ਫੜ ਇੱਕ, ਇਹ ਫੜਿਆ ਗੁੱਟ, ਇਹ ਕਹਿੰਦੇ ਨੂੰ ਗੁੱਟ ਦਾ ਪੀਰ ਕਹਿੰਦੇ ਨੇ, ਮਿੱਤਰੋ ਜੀ ਦਾ ਇੱਕ ਵਾਰੀ ਗੁੱਟ ਫੜ ਲੈਂਦਾ, ਕਿਆ ਬਾਤ ਹੈ ਕਿਆ ਬਾਤ ਹੈ, ਚੋਬਰ ਕਹਿੰਦੇ ਮੱਖਣ ਮਲਾਈਆਂ ਨਾਲ ਖਾ ਖਾ, ਬੇਇੱਜ਼ਤੀ ਕਰਾਤੀ ਯਾਰ ਵੀਰੇ, ਮਿਲਾ ਤੂੰ ਮੱਖਣ ਮਲਾਈਆਂ ਘੱਟ ਖਾਈਆਂ, ਕਹਿੰਦੇ ਮੱਖਣ ਮਲਾਈਆਂ ਨਾਲ ਪਾਲਿਆ ਹੋਇਆ ਗੱਭਰੂ ਹੈ ਇਹ, ਉਹੀ ਹੈ।
ਇਹ ਉਹੀ ਆ ਮਿੱਤਰੋ ਜਿਹਨੂੰ ਪਤਾ ਨੀ ਕੌਣ ਜਾਣਦਾ ਕਿ ਨਹੀਂ ਜਾਣਦਾ, ਇਹਨੂੰ ਗੁੱਟ ਦਾ ਪੀਰ ਕਹਿੰਦੇ ਨੇ, ਜਿਹਦਾ ਇੱਕ ਵਾਰੀ ਗੁੱਟ ਫੜ ਲੈਂਦਾ ਦੰਦੀ ਵੜ ਦੰਦੀ ਵੜ ਹੈ ਭੰਗੜਾ ਪਾ ਗਿਆ ਹੈ ਅੱਛਾ ਵੀਰੇ ਭੰਗੜਾ ਪਾ ਗਿਆ ਜਿਵੇਂ ਪੰਮੀ ਬਾਈ ਨੀ ਕਹਿੰਦਾ ਚੱਲ ਛੇਤੀ ਚੁੱਪ ਵੀਰੇ ਇੰਨੀ ਇੰਨੀ ਬੇਇੱਜ਼ਤੀ ਕਦੇ ਨੀ ਹੋਈ ਸਾਡੀ ਜਿੰਨੀ ਅੱਜ ਹੋਈ ਹੈ ਤੇਰੇ ਕਰਕੇ। ਮੇਰੇ ਤੇਰੇ ਨਾਲ ਤਾਂ ਉਹਨੂੰ ਇੱਕ ਡਲਾ ਫੜਾਉਂਦੇ ਵੀ ਘੱਟੋ ਘੱਟ ਉਹਦੇ ਮਾਰਤਾ ਦਿੰਦਾ, ਤੇਰੇ ਨਾਲ ਤਾਂ ਉਹਨੂੰ ਡਲਾ ਫੜਾਉਂਦੇ। ਆਇਓ ਇਹ ਸ਼ੂਟ ਕਰੀ ਚੱਲੀਏ ਪ੍ਰੀ ਵੈਡਿੰਗ ਤਿਆਰ ਹੁੰਦੀ ਹੋਈ ਭਾਬੀ ਚੁੰਮੇ ਵਾਲੀ। ਚਲੋ ਚਲੋ ਆਓ ਦੁਬਾਰੇ ਆਓ ਭਾਬੀ ਦੱਸ ਕਿਆ ਬੰਦੇ ਲਵਾਵਾ ਚੱਕੀ ਫਿਰਦਾ ਲੰਗਰ ਬਣਾਉਣ ਵਾਸਤੇ। ਚੱਲ ਚੱਲ ਛੇਤੀ ਅੰਕਲ ਕਹਿੰਦਾ ਮੈਂ ਵਿਆਹ ਕਰਾਉਣਾ ਹਨਾ ਮੇਰਾ ਵਿਆਹ ਕਰਵਾਉਣ ਟੁੱਟ ਗਿਆ ਸ਼ੌਂਕ ਨੀ ਅੰਕਲ। ਚਲੋ ਸਮਾਈਲ ਕਰਦੇ ਹੋਏ ਦੋਨੋਂ ਇੱਕ ਦੂਸਰੇ ਕਹਿੰਦੀ ਹਾਂ ਐਨ ਰੋਮਾਂਟਿਕ ਹੋ ਜਾਓ ਥੋੜੇ ਹਾਂ ਰੋਮਾਂਟਿਕ ਫੀਲ ਚ। ਕਹਿੰਦਾ ਜੱਫੀ ਦੀ ਬਾਣੀ ਮੈਂ ਪਹਿਲਾਂ ਕਿਹਾ ਸੀ ਹਾਂ ਆਹ ਫੀਲ ਰੱਖੋ ਨਾ ਓਏ ਆ ਕੀ ਸੀ ਨਹੀਂ ਉਹ ਭਾਬੀ ਦੁਬਾਰਾ ਇੱਕ ਰੀਟੇਕ ਉਹ ਜਿਹੜੀ ਚੁੰਮਾ ਦੇ ਰਹੀ ਸੀ ਬਾਈ ਤਾਂ ਮੈਨੂੰ ਉਹ ਇੱਕ ਮੁੰਡਾ ਇੰਸਟਾ ਤੇ ਨੀ ਆਉਂਦਾ ਉਹ ਬੋਲਦਾ ਹੁੰਦਾ ਜਿਹੜਾ ਕਮੈਂਟਾਂ ਦੀ ਰਿਪਲਾਈ ਕਰਦਾ ਹੁੰਦਾ ਸੇਮ ਉਹਦੇ ਵਰਗਾ ਲੱਗ ਰਿਹਾ ਤੂੰ ਯਾਰ ਇੱਕ ਨਵਾਂ ਮੁੰਡਾ ਉਹ ਫੌਜੀ ਫੌਜ ਮੈਂ ਭਰਤੀ ਉਹ ਵੀਡੀਓ ਪਾਉਂਦਾ ਹਾਂ ਅੱਛਾ ਘੈਂਟ ਆ ਉਹ ਵੀ ਸਿਰਾ ਕਰਾਉਂਦਾ ਹਾਂਜੀ ਆਪਣਾ ਆੜੀ ਆ ਮਾੜਾ ਸੁਣਾ ਦੇ ਯਾਰ ਇੱਕ ਇੱਕ ਮਾੜਾ ਟੱਪਾ ਅਮੀਰਾਂ ਦੇ ਉਹ ਪੀਂਦੇ ਚਮਚਾ ਨਾਲ ਸ਼ਰਾਬਾਂ ਚੋਜ ਗਰੀਬਾਂ ਦੇ ਪਾਉਂਦੇ ਚੱਪਲਾਂ ਨਾਲ ਜਰਾਬਾਂ। ਭਾਜੀ 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 ਇਹਨੂੰ ਜਾਣਦੇ ਤੁਸੀਂ ਪੰਮੀ ਬਾਈ ਦਾ ਗਾਣਾ ਸੁਣਿਆ ਸਾਰੀ ਗੱਲ ਉਹਦੇ ਵਿੱਚ ਨੇ ਇਹਨੇ ਉਹ ਇਹਨੇ ਕਰਿਆ ਚਮਕੀਲਾ ਸੁਣਾ ਦੋ ਮਾੜਾ ਇੱਕ ਵਾਰੀ ਫੋਮ ਚਾਣ ਲੱਗੇ ਰੁਕ ਜਾ ਲੈ ਉਹ ਮੰਨੂ ਫੜਾ ਦੋ ਝੋਲਾ ਯਾਰ ਐ ਕਸ਼ਟ ਨੀ ਕਰਨ ਉਹ ਮੰਨੂ ਫੜਾਓ ਯਾਰ ਐ ਥੱਲੇ ਰੱਖਦੇ ਆਰਟਿਸਟ ਬੰਦੇ ਤੁਸੀਂ ਸਾਡੇ ਵਰਗੇ ਚਲੋ
ਤੁਸੀਂ ਰੇਟ ਪਾਉਣ ਲੱਗੇ ਭਾਜੀ? ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੀ। ਆ ਲੋ ਜੀ ਝੋਲਾ ਤੁਹਾਡਾ, ਬਹੁਤ ਖੁਸ਼ੀ ਹੋਈ ਬਾਈ ਸਾਰੇ ਇੱਕ ਲਈ। ਅੰਕਲ ਜੀ ਨਾ, ਅੰਕਲ ਜੀ ਤੁਹਾਡਾ ਨਾਂ ਕੀ ਹੈ ਜੀ? ਤੁਹਾਡਾ ਨਾਂ ਕੀ ਹੈ? ਨੌਟਹਿਲ ਸਿੰਘ, ਪਿੰਡ ਮੇਨ ਡਾਕਾ ਚੌਂਤਾ ਵੀਰ ਕੋਗਲਾ ਜਿਲ੍ਹਾ। ਨਾਮ ਥੋੜਾ ਵੱਡਾ ਹੈ ਜੀ, ਮੈਂ ਤਾਂ ਬੋਲਿਆ ਨਹੀਂ ਜਾਣਾ। ਸੋ ਆਪ ਲਾਈਕ ਕਮੈਂਟ ਕਰ ਦਿਓ, ਕਰ ਦਿੰਦਾ ਮੈਂ ਕਰ ਦਿੰਦਾ। ਅਰੇ ਭੈਣ ਜੋ ਉਰਦੂ ਪੜਿਆ ਟਹਿਲ ਸਿੰਘ, ਪਿੰਡ ਮੇਨ ਡਾਕਾ ਨਾ ਚੌਂਤਾ ਵੀਰ ਕੋਗਲਾ ਜਿਲ੍ਹਾ ਲੁਧਿਆਣਾ। ਓਏ ਹੋਏ ਓਏ, ਕੀ ਬਾਤ ਹੈ, ਲਵ ਯੂ। ਹਾਲੋ ਸੋਨੋ, ਗਿੱਜੂਗੀ ਮੈਂ। ਹਾਲੋ ਸੋਨੋ, ਹੋਏ ਕਿੱਥੇ ਲੈ ਕੇ ਚੱਲਿਆ ਭਾਬੀ ਨੂੰ ਸਾਡੀ ਨੂੰ ਪਾਜ? ਉਹ ਦੇਖ ਵੀਡੀਓ ਕੱਟਦੀ ਹੈ ਪਾਵੇ ਜਣੇ ਹਨ। ਹਾਂ ਐਡੀ ਸਰ।